कांग्रेस बिल्कुल ड्रामा करी जाती है। इको इलाज जो इलाज है वह करने तैयार नहीं है, जान के आ ड्रामे करी जाता है। बीजेपी बिल्कुल ही सुनने तैयार नहीं, भावना समझ नहीं रही पंजाब के किसानों की। तो नुकसान उन्हें अपने आप जो ज्यादा हो गया फिर बाद समझोगे। खबर लें गिदड़वाहा तो श्रोमणी अकाली दल बादल दे पार्टी प्रधान सुखबीर बादल अज गिदड़वाहा पहुंचे। गिदड़वाहा पहुंच के उन्होंने श्रोमणी अकाली दल दे मुख सेवादार हरदीप सिंह डिंपी ढिल्लो दे ग्रह विखे वर्करां अते अहुदेदारां नाल एक मीटिंग कीती। मीटिंग नूं संबोधित भी कीता है और इस मौके ते पत्रकारां नाल गल्लबात दे दौरान सुखबीर बादल ने कहा कि जो करतारपुर लांघे दी जो मैनेजमेंट है पाकिस्तान गवर्नमेंट ने सिख जथेबंदियां तो बगैर होरां नूं दे दित्ती है, यह बहुत अफसोसजनक है। उन्होंने कहा कि इस मामले संबंधी मैं प्रधानमंत्री नूं चिट्ठी भी लिखी है और उन्होंने भी कहा कि कांग्रेस पार्टी बिल्कुल ड्रामे कर रही है। पंजाब दे मुख्यमंत्री कैप्टन अमरिंदर सिंह केंद्र सरकार दे नाल मिले हुए ने। पंजाब दे मुख्यमंत्री कैप्टन अमरिंदर सिंह दे मन विच बिल्कुल किसानां दे संघर्ष दा हल कढ़न दा कोई भी रास्ता नजर नहीं आउंदा है, सगों के ओ जानबुझ के इस संघर्ष नूं लंबा कर रहे ने। उन्होंने इस गल ते जोर दे के कहा है कि कैप्टन केंद्र सरकार दे नाल रलिया होया है, इह रल मिल के गेम खेडी जा रही है। उन्होंने कहा कि बीजेपी किसानां दीआं भावनावां नूं बिल्कुल समझ नहीं रही। इस संबंध विच ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਬੜਾ ਅਫਸੋਸ ਹੈ ਕਿ ਜੋ ਪਾਕਿਸਤਾਨ ਗਵਰਨਮੈਂਟ ਨੇ ਜੇ ਕਰਤਾਰਪੁਰ ਲਾਂਘੇ ਦੀ ਜਿਹੜੀ ਮੈਨੇਜਮੈਂਟ ਹੈ ਉੱਥੇ ਸਿੱਖ ਜਥੇਬੰਦੀਆਂ ਦੇ ਬਗੈਰ ਉਹਨਾਂ ਨੇ ਦੂਜਿਆਂ ਨੂੰ ਦੇ ਦਿੱਤੀ ਹੈ, ਉਹ ਵਿੱਚ ਸਟਰੋਂਗਲੀ ਕੰਡੈਮ ਕਰਦੇ। ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ ਕਿ ਉਹ ਗੱਲ ਕਰਨ ਇਮਰਾਨ ਖਾਨ ਕਿ ਐਡੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਪਹਿਲਾਂ ਧਰਨੇ ਤੇ ਆਪਾਂ ਵੇਖਿਆ ਕੀ ਹਾਲ ਹੋਇਆ, ਹੁਣ ਕਹਿੰਦੇ ਕੱਲ ਕਾਂਗਰਸ ਦੇ ਐਮਪੀ ਮਿਲਣ ਗਏ ਤੇ ਦੋਵਾਂ ਦੇ ਵੱਖ ਵੱਖ ਪੱਖ ਆ, ਕੋਈ ਕਹਿ ਰਿਹਾ ਮਿਲ ਨਹੀਂ ਰਹੇ ਸੀ, ਕੋਈ ਕਹਿ ਰਿਹਾ ਮਿਲੇ ਆ, ਗੱਲ ਹੋਈ ਹੈ। ਕਾਂਗਰਸ ਬਿਲਕੁਲ ਡਰਾਮਾ ਕਰੀ ਜਾਂਦੀ, ਉਹਨਾਂ ਦੇ ਮਨ 'ਚ ਕੈਪਟਨ ਦੇ ਮਨ 'ਚ ਕੋਈ ਇਹਦਾ ਹੱਲ ਕੱਢਣਾ ਨਹੀਂ, ਉਹਨੂੰ ਜਾਣ ਕੇ ਕਿ ਲੰਬਾ ਜਿੰਨਾ ਹੋਈ ਜਾਏ ਤਾਂ ਨਾਕਾਮੀਆਂ ਦੂਰ ਹੋਣ ਤਰਫ ਲੋਕਾਂ ਨੇ ਨਹੀਂ ਦੇਖਣਾ। ਸੋ ਅੱਜ ਸਾਰਾ ਕੁਛ ਗੇਮ ਪਲਾਨ ਕੈਪਟਨ ਆਪ ਖੇਡੀ ਜਾਂਦਾ ਕਿ ਸੈਂਟਰ ਨਾਲ ਰਲਿਆ। ਇੱਕੋ ਇਲਾਜ ਜਿਹੜਾ ਇਲਾਜ ਹੈ ਉਹ ਕਰਨ ਨੂੰ ਤਿਆਰ ਨਹੀਂ ਹੈ, ਜਾਣ ਕੇ ਆਹ ਡਰਾਮੇ ਕਰੀ ਜਾਂਦਾ। ਜਿਆਨੀ ਨੂੰ ਪਹਿਲਾਂ ਇਹਨਾਂ ਨੇ ਇੱਥੇ ਫਾਰਮਰ ਦੇ ਨਾਲ ਗੱਲ ਕਰਨ ਲਈ ਭਾਜਪਾ ਨੇ ਥਾਪਿਆ ਸੀ, ਪਰ ਹੁਣ ਜਿਆਨੀ ਸਾਹਿਬ ਵੀ ਇਹ ਗੱਲ ਕਹਿ ਰਿਹਾ ਵੀ ਭਾਜਪਾ ਗਲਤ ਹੈਗੀ ਹੈ, ਕਿਸਾਨਾਂ ਦੀ ਗੱਲ ਸੁਣੀ। ਜੋ ਮੈਂ ਕਹਿੰਦਾ ਸਹੀ ਗੱਲ ਕਹੀ ਉਹਨਾਂ ਨੇ, ਮੈਂ ਥੋੜ੍ਹੀ ਜਿਹੀ ਗੱਲ ਸੁਣੀ ਹੈ, ਬੜੀ ਗੱਲ ਸਹੀ ਹੈ ਜੋ ਉਹਨਾਂ ਨੇ ਕਿਹਾ ਕਿ ਬੀਜੇਪੀ ਬਿਲਕੁਲ ਹੀ ਸੁਣਨ ਨੂੰ ਤਿਆਰ ਨਹੀਂ, ਭਾਵਨਾ ਸਮਝ ਨਹੀਂ ਰਹੀ ਪੰਜਾਬ ਦੇ ਕਿਸਾਨਾਂ ਦੀ। ਹੁਣ ਨੁਕਸਾਨ ਉਹਨਾਂ ਆਪਣੇ ਆਪ ਜਦੋਂ ਜ਼ਿਆਦਾ ਹੋ ਗਿਆ ਫਿਰ ਬਾਅਦ 'ਚ ਸਮਝੋਗੇ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ। ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ, ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤਰੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਅਰੂਬਰੂ ਹੈ, ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਰਿਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ, ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94 784 84 0 87।